12 ਰਬੀਉਲ ਅਵਲ ਵਾਲੇ ਦਿਨ ਕੁਝ ਬੰਦੇ ਕਹਿੰਦੇ ਨੇ ਜੀ ਰੋਜ਼ਾ ਰੱਖਣਾ ਚਾਹੀਦਾ ਕਿ ਨਹੀਂ, ਇਹ ਵੀ ਮਸਲਾ ਸੁਣ ਲਓ। ਮੰਗਲ ਵਾਲੇ ਦਿਨ 12 ਰਬੀਉਲ ਅਵਲ ਹੈ, ਸੋਮਵਾਰ ਵਾਲੇ ਦਿਨ 11 ਰਬੀਉਲ ਅਵਲ ਹੈ। ਨਬੀ ਪਾਕ ਨੇ ਆਪਣੀ ਜ਼ਿੰਦਗੀ ਦੇ ਅੰਦਰ, ਇਹ ਬੁਖਾਰੀ ਮੁਸਲਿਮ ਦੇ ਅੰਦਰ ਹਦੀਸ ਮੌਜੂਦ ਹੈ, ਸਹੀ ਮੁਤਫਕ ਨਾਲ ਇਹ ਹਦੀਸ ਹੈ, ਸਾਰਿਆਂ ਨੇ ਵਾਕਿਆ ਆਖਿਆ ਕਿ ਵਾਕਈ ਇਹ ਹਦੀਸ ਸਹੀ ਹਦੀਸ ਹੈ। 12 ਰਬੀਉਲ ਅਵਲ ਵਾਲੇ ਦਿਨ, ਅੱਜ ਤੇ ਮੰਗਲ ਨੂੰ ਆ ਰਹੀ ਹੈ ਨਾ ਜੀ, ਨਬੀ ਪਾਕ ਸਾਰੀ ਜ਼ਿੰਦਗੀ ਆਪ ਨੇ ਸੋਮਵਾਰ ਦਾ ਰੋਜ਼ਾ ਰੱਖਿਆ। ਕਿਹੜਾ ਕਿਹੜਾ, ਫਿਰ ਬੋਲੋ, ਕਿਹੜਾ ਸੋਮਵਾਰ ਦਾ ਰੋਜ਼ਾ ਨਬੀ ਪਾਕ ਨੇ ਰੱਖਿਆ। ਸਹਾਬਾ ਨੇ ਇੱਕ ਦਿਨ ਅਰਜ਼ ਕੀਤੀ, ਹਜ਼ੂਰ ਤੁਸੀਂ ਸੋਮਵਾਰ ਦਾ ਰੋਜ਼ਾ ਨਹੀਂ ਛੱਡਦੇ, ਤੁਸੀਂ ਸੋਮਵਾਰ ਦਾ ਰੋਜ਼ਾ ਰੱਖਦੇ ਹੋ, ਹਜ਼ੂਰ ਵਜ੍ਹਾ ਕੀ ਹੈ? ਨਬੀ ਪਾਕ ਨੇ ਫਰਮਾਇਆ, ਸਹਾਬਾ ਸੋਮਵਾਰ ਵਾਲੇ ਦਿਨ ਮੇਰੀ ਵਿਲਾਦਤ ਹੋਈ ਹੈ, ਐ ਜੇ ਮਿਲਾਦ, ਸੋਮਵਾਰ ਵਾਲੇ ਦਿਨ ਮੇਰੀ ਵਿਲਾਦਤ ਹੈ, ਮੇਰੀ ਵਿਲਾਦਤ ਹੈ, ਮੈਂ ਦੁਨੀਆ 'ਤੇ ਆਇਆ, ਪੈਦਾ ਹੋਇਆ ਸੋਮਵਾਰ ਵਾਲੇ ਦਿਨ। ਔਰ ਨਬੀ ਪਾਕ ਆਪਣੇ ਆਉਣ ਦੇ ਦਿਨ ਦੇ ਉੱਤੇ ਹਰ ਸੋਮਵਾਰ ਨੂੰ ਆਪ ਰੋਜ਼ਾ ਰੱਖਦੇ ਸਨ। ਔਰ ਤੁਸੀਂ ਮਦੀਨਾ ਸ਼ਰੀਫ ਤੁਰ ਜਾਓ, ਜਿਹੜੇ ਬੰਦੇ ਉਮਰਾਜ ਕਰਕੇ ਆਏ ਨੇ ਮੱਕਾ ਸ਼ਰੀਫ ਤੁਰ ਜਾਓ, ਉੱਥੇ ਬਕਾਇਦਾ ਤੌਰ 'ਤੇ ਨਾ ਜੀ ਸੋਮਵਾਰ ਵਾਲੇ ਦਿਨ ਦਸਤਰਖਾਨ ਲਾਇਆ ਜਾਂਦਾ, ਅਰਬੀ ਰੋਜ਼ਾ ਰੱਖਦੇ ਜੇ ਅੱਜ ਵੀ ਸੋਮਵਾਰ ਨੂੰ, ਇਹ ਸੁਨਤ ਨਬੀ ਪਾਕ ਦੀ। ਔਰ ਅਗਰ ਕੋਈ 12 ਰਬੀਉਲ ਅਵਲ ਵਾਲੇ ਦਿਨ ਰੋਜ਼ਾ ਰੱਖਦਾ ਤਾਂ ਸਵਾਬ ਦਾ ਕੰਮ ਹੈ, ਕੀ ਹੈ ਬੋਲੋ ਕੀ ਹੈ? ਅਸੀਂ ਇਹ ਨਹੀਂ ਆਉਂਦੇ ਵੀ ਤੁਸੀਂ ਨਾ ਰੱਖੋ, ਹੈ ਜੀ ਵੇਖੋ ਜੀ ਨਬੀ ਪਾਕ ਨੇ ਆਪਣੇ ਆਉਣ ਵਾਲੇ ਦਿਨ ਰੋਜ਼ਾ ਰੱਖਿਆ, ਤੁਸੀਂ ਚੌਲ ਖਾਂਦੇ ਹੋ, ਤੁਸੀਂ ਹਲਵੇ ਖਾਂਦੇ ਹੋ, ਤੁਸੀਂ ਦੂਸਰੇ ਲੋਕ ਤੁਸੀਂ ਜਨਾਬ ਜੂਸ ਪੀਂਦੇ ਹੋ, ਤੁਸੀਂ ਪਾਣੀ ਪੀਂਦੇ ਹੋ। ਔਰ ਮੈਂ ਕਿਹਾ ਯਾਰ ਗੱਲ ਸੁਣ, ਇਹ ਰੋਜ਼ਾ ਜਿਹੜਾ ਨਾ ਇਹ ਫਰਜ਼ ਰੋਜ਼ਾ ਨਹੀਂ, ਇਹ ਨਫਲੀ ਰੋਜ਼ਾ ਹੈ। ਅਗਰ ਕੋਈ ਬੰਦਾ ਰੱਖ ਲਵੇ ਤਾਂ ਬੜਾ ਅਜਰ ਸਵਾਬ ਹੈ, ਅਗਰ ਕੋਈ ਬੰਦਾ ਨਹੀਂ ਵੀ ਰੱਖਦਾ ਤਾਂ ਗੁਨਾਹਗਾਰ ਨਹੀਂ, ਉਹ ਗੁਨਾਹਗਾਰ ਹੈ, ਉਹ ਰਮਜ਼ਾਨ ਦਾ ਰੋਜ਼ਾ ਨਹੀਂ, ਨਫਲੀ ਰੋਜ਼ਾ ਹੈ। ਅਗਰ ਰੱਖੇਗਾ ਤਾਂ ਸਵਾਬ ਹੈ, ਅਗਰ ਨਹੀਂ ਰੱਖਦਾ ਪਿਆ ਤਾਂ ਉਹਦੇ 'ਤੇ ਕਿਹੜਾ ਗੁਨਾਹ ਹੈ? ਕੋਈ ਸਖਤੀ ਤਾਂ ਨਹੀਂ ਆਈ ਸ਼ਰੀਅਤ ਦੇ ਅੰਦਰ ਕਿ ਤੁਸੀਂ ਲਾਜ਼ਮੀ ਰੋਜ਼ਾ ਰੱਖਣਾ? ਅਗਰ ਰੱਖੇਗਾ ਬਿਹਤਰ ਅਮਲ ਹੈ, ਨਾ ਰੱਖੇਗਾ ਤਾਂ ਗੁਨਾਹਗਾਰ ਕੋਈ ਨਹੀਂ, ਗੁਨਾਹ ਕੋਈ ਨਹੀਂ। ਇਸ ਵਾਸਤੇ ਇਤਰਾਜ਼ ਨਹੀਂ ਕਰਨਾ ਚਾਹੀਦਾ ਕਿ ਤੁਸੀਂ 12 ਰਬੀਉਲ ਅਵਲ ਦੇ ਰੋਜ਼ਾ ਕਿਉਂ ਨਹੀਂ ਰੱਖਦੇ। ਅਸੀਂ ਤਾਂ ਆਨੇ ਪਿਆ ਰੋਜ਼ਾ ਰੱਖਣਾ ਚਾਹੀਦਾ, ਅਤੇ ਜੇ ਜਿਹੜਾ ਬੰਦਾ ਸਖਤੀ ਕਰਦਾ ਜੀ ਰੋਜ਼ਾ ਜਿਹੜਾ ਨਹੀਂ ਰੱਖਦਾ, ਉਹਦੇ 'ਤੇ ਕੋਈ ਫਤਵਾ ਨਹੀਂ, ਉਹਦੇ 'ਤੇ ਕੋਈ ਗੁਨਾਹ ਨਹੀਂ। ਇਹ ਨਫਲੀ ਰੋਜ਼ਾ, ਜਿਵੇਂ ਜੁੰਮੇ ਦਾ ਰੋਜ਼ਾ, ਜਿਵੇਂ ਮਹੀਨੇ 'ਚ 3 ਰੋਜ਼ੇ ਹੈ, ਚੰਨ ਦੇ ਹਿਸਾਬ ਨਾਲ 13, 14, 15 ਦਾ ਰੋਜ਼ਾ, ਇਹ ਨੇ ਨਫਲੀ ਰੋਜ਼ੇ। ਨਫਲੀ ਰੋਜ਼ਾ ਹੁੰਦਾ ਕਿ ਰੱਖ ਲਵੋ ਤਾਂ ਸਵਾਬ ਹੈ ਅਤੇ ਨਾ ਰੱਖੋ ਤਾਂ ਗੁਨਾਹ, ਬੋਲੋ ਗੁਨਾਹ ਕੋਈ ਨਹੀਂ, ਹੈ ਸਵਾਬ ਦਾ ਕੰਮ ਹੈ, ਅਗਰ ਛੱਡ ਦਿਓ ਤਾਂ ਗੁਨਾਹ ਕੋਈ ਨਹੀਂ। ਫਰਜ਼ੀ ਰੋਜ਼ਾ ਨਹੀਂ, ਨਫਲੀ ਹੈ। 12 ਨੂੰ ਰੋਜ਼ਾ ਰੱਖ ਵੀ ਸਕਦੇ ਹੋ, ਅਗਰ ਨਹੀਂ ਰੱਖਿਆ ਤਾਂ ਫਿਰ ਵੀ ਕੋਈ ਗੁਨਾਹ ਨਹੀਂ। ਅੱਲਾਹ ਪਾਕ ਅੱਗੇ ਦੁਆ ਗਾਵਾਂ, ਅੱਲਾਹ ਪਾਕ ਸਾਨੂੰ ਸਾਰਿਆਂ ਨੂੰ ਇਹਨਾਂ ਬਾਤਾਂ 'ਤੇ ਅਮਲ ਕਰਨ ਦੀ ਤੌਫੀਕ ਅਤਾ ਫਰਮਾਏ।